ਇਹਦਾ ਮਤਲਬ ਇਹ ਜ਼ਰੂਰ ਪੁੱਛਣਾ ਪਏਗਾ, ਘਰੋਂ ਗੁੱਸਾ ਕਿਉਂ ਕੀਤਾ ਸੀ, ਗਾਲਾਂ ਕਿਉਂ ਪਈਆਂ ਸੀ, ਸਕੂਲ ਟੀਚਰ ਨੇ ਗੁੱਸਾ ਕਿਉਂ ਕੀਤਾ ਸੀ। ਟੀਚਰ ਨੂੰ ਕਿਸੇ ਵੀ ਡਿਗਰੀ ਪੜ੍ਹਾਉਣ ਵੇਲੇ ਇਹ ਸਬਜੈਕਟ ਨਹੀਂ ਪੜ੍ਹਾਇਆ ਗਿਆ, ਜਬ ਬੱਚਾ ਕਹਿਣਾ ਨਾ ਮਾਨੇ ਤੋ ਉਸਕੋ ਕੈਸੇ ਗੁੱਸਾ ਕਰਨਾ ਹੈ। ਕਿਸੇ ਕਿਤਾਬ ਲਿਖਿਆ ਮੁਰਗਾ ਬਣਾ ਦੇਣਾ, ਬੈਂਤ ਮਾਰਨਾ ਹੈ ਵੇ? ਇਹ ਸਰਕਮਸਟਾਂਸ ਨੇ ਇੰਝ ਬਣਾਇਆ। ਜੇ ਬੱਚਾ ਇੰਝ ਕਰੇ ਤਾਂ ਟੀਚਰ ਦਾ ਦਿਮਾਗ ਤਾਂ ਖਰਾਬ ਨਹੀਂ ਹੈ ਕਿ ਖਰਾਬ ਹੈ? ਫਿਰ ਵੀ ਫਾਈਨ, ਹੁਣ ਘੁੰਮੇ ਕਿੱਥੇ? ਮੇਰੇ ਬੱਚੇ ਜਗਜੀਤ ਜੀ, ਤੁਹਾਡਾ ਕੁਸ਼ਚਨ ਮੈਨੂੰ ਜਾਂ ਸਮਝ ਨਹੀਂ ਆਇਆ ਜਾਂ ਤੁਸੀਂ ਕੁਸ਼ਚਨ ਮੈਨੂੰ ਪੁੱਟਅਪ ਦੁਬਾਰਾ ਕਰੋ। ਆਈ ਡੋਂਟ ਮੀਨ ਤੁਹਾਡਾ ਕੁਸ਼ਚਨ ਗਲਤ ਹੈ, ਮੈਨੂੰ ਜੋ ਤੁਹਾਡੇ ਕੁਸ਼ਚਨ ਨੂੰ ਸਮਝ ਆਇਆ ਮੈਂ ਉਸ ਟਰਾਈ ਕੀਤਾ ਤੁਹਾਡੇ ਚਰਨਾਂ ਤੱਕ ਥੱਲੇ ਲੇਟ ਕੇ ਆਂਸਰ ਕਰਨ ਦਾ। ਤੁਸੀਂ ਮੈਨੂੰ ਦੁਬਾਰਾ ਪੇਸ਼ ਕਰੋ ਤਾਂ ਕਿ ਮੈਂ ਤੁਹਾਡਾ ਦਰਦ ਸਮਝ ਸਕਾਂ। ਆਈ ਲਵ ਟੂ ਰੀਡ ਅਦਰਸ ਫੀਲਿੰਗਸ। ਘਰ ਵਾਲਿਆਂ ਨਾਲ ਗੱਲ ਦੀ ਨਹੀਂ ਕਰ ਪਾਉਂਦੇ। ਹਾਂਜੀ, ਉਹਨਾਂ ਦੀ ਤਾਂ ਖਬਰ ਨਾ ਗੱਲ ਕਿ ਉਹ ਜਦੋਂ ਕਲੀਨਿਕ 'ਚ ਆਉਣਗੇ ਅਸੀਂ ਉਹਨਾਂ ਨਾਲ ਕਹਾਂਗੇ ਕਿ ਇਹ ਲੈਵਲ ਤਿਆਰ ਕਰੋ ਕਿ ਬੱਚੇ ਨਾਲ ਗੱਲਬਾਤ ਹੋ ਸਕੇ। ਸਕੂਲੇ ਆਉਂਦੇ ਹਾਂ, ਸਕੂਲੇ ਵੈਸੇ ਤਿਆਰ ਬਣਾਉਣਾ ਕੁਛ ਬੋਲਾਂਗੇ ਅਤੇ ਹਾਂਜੀ ਬਾਹਰ ਜਾਵਾਂਗੇ। ਯੈਸ, ਜਦੋਂ ਉਹ ਸੈਮੀਨਾਰ ਹੋਏਗਾ ਟੀਚਰਸ ਦਾ, ਚਿਲਡਰਨ ਦਾ ਔਰ ਪੇਰੈਂਟਸ ਦਾ, ਉਹਦੇ ਵਿੱਚ ਅਸੀਂ ਇਹ ਡਿਸਕਸ ਕਰਾਂਗੇ ਕਿ ਬੱਚਿਆਂ ਨੂੰ ਇਹ ਵਾਲਾ ਚਾਂਸ ਵੀ ਦਿਆ ਕਰੋ, ਸਿਲੇਬਸ ਹੀ ਨਾ ਪੜ੍ਹਾਉਂਦੇ ਰਿਹਾ ਕਰੋ। ਤੁਹਾਡੀ ਪ੍ਰਿੰਸੀਪਲ ਜੀ ਨਾਲ ਗੱਲ ਕਰਕੇ ਫਿਊ ਮੂਮੈਂਟਸ ਵਿੱਚ ਹੀ ਮੈਂ ਸਮਝਿਆ ਕਿ ਸ਼ੀ ਅੰਡਰਸਟੈਂਡਸ ਚਿਲਡਰਨ ਸਾਈਕੋਲੋਜੀ, ਸ਼ੀ ਇੰਜੋਏਸ, ਸ਼ੀ ਨਰਚਰਸ ਹਰ ਗ੍ਰੈਂਡ ਚਿਲਡਰਨ। ਆਪਣੇ ਬੱਚੇ ਵੀ ਰੇਜ਼ ਕੀਤੇ ਨੇ, ਇਹਦਾ ਮਤਲਬ ਇਹ ਇਹਨਾਂ ਵਿੱਚੋਂ ਕਪੈਸਿਟੀ ਹੈ ਕਿ ਤੁਹਾਡੀ ਸਾਈਕੋਲੋਜੀ ਸਮਝਦੇ ਨੇ। ਜ਼ਰੂਰੀ ਨਹੀਂ ਹੈ ਸਾਰੀ ਉਮਰ ਇੱਥੇ ਪ੍ਰਿੰਸੀਪਲ ਰਹਿਣ, ਪਰ ਹੋ ਸਕਦਾ ਇਸ ਤਰੀਕੇ ਦੇ ਪ੍ਰੋਗਰਾਮ ਅਰੇਂਜ ਕਰਦੇ ਰਹੀਏ ਜਦੋਂ ਹੋ ਸਕਦੇ ਨੇ, ਅਸੀਂ ਉਹਦੇ ਵਿੱਚ ਇਨਵਾਇਰਮੈਂਟ ਤਾਂ ਕ੍ਰੀਏਟ ਕਰ ਸਕਦੇ ਹਾਂ ਨਾ, ਹੈ ਨਾ? ਸੋ ਅਸੀਂ ਉਹ ਕਰਾਂਗੇ, ਇਹ ਸਾਨੂੰ ਹੈਲਪ ਕਰਨਗੇ, ਕਿਉਂਕਿ ਅਲਟੀਮੇਟਲੀ ਹਮਨੇ ਹਵੇਲ ਮੱਛੀ ਕੋ ਬਚਾਉਣਾ ਹੈ, ਕਰਿਊ ਮੈਂਬਰਸ ਨਹੀਂ ਬਚਾਉਣੇ ਔਰ ਜਪਾਨੀ ਨਹੀਂ ਬਚਾਉਣੇ, ਹਵੇਲ ਮੱਛੀ ਬਚਾਉਣੀ ਹੈ। ਹਵੇਲ ਮੱਛੀ ਤੁਸੀਂ ਹੋ, ਯੂ ਆਰ ਦਾ ਓਨਲੀ ਕੰਸਰਨਡ। ਤੁਹਾਨੂੰ ਇਹ ਨਹੀਂ ਕਿਹਾ ਜਾ ਰਿਹਾ ਤੇਰਾ ਕੁਸ਼ਚਨ ਗਲਤ ਹੈ, ਤੁਹਾਨੂੰ ਇਹ ਨਹੀਂ ਕਿਹਾ ਜਾ ਰਿਹਾ ਕਿ ਤੁਮਕੋ ਕਿਉਂ ਗੁੱਸਾ ਚੜ੍ਹਦਾ ਮੰਮੀ ਪਾਪਾ ਪੇ, ਤੁਹਾਨੂੰ ਇਹ ਨਹੀਂ ਕਿਹਾ ਜਾ ਰਿਹਾ ਕਿ ਤੁਹਾਨੂੰ ਟੀਚਰ 'ਤੇ ਕਿਉਂ ਗੁੱਸਾ ਚੜ੍ਹਦਾ ਹੈ। ਮੇਨ ਤਾਂ ਗੱਲ ਇਸੀ ਦਾ ਤਾਂ ਸੋਲੂਸ਼ਨ ਲੱਭਣਾ ਕਿ ਤੁਹਾਡੀਆਂ ਫੀਲਿੰਗਸ ਨੂੰ ਸ਼ੇਅਰ ਕਰਨ ਦਾ ਚਾਂਸ ਦਿੱਤਾ ਜਾਏ। ਦੈਟ ਇਜ਼ ਰੀਅਲ ਅਮੀਰੀ, ਦੈਟ ਇਜ਼ ਰੀਅਲ ਰਿਲੇਸ਼ਨਸ਼ਿਪ, ਦੈਟ ਇਜ਼ ਰੀਅਲ ਲਵ, ਦੈਟ ਇਜ਼ ਰੀਅਲ ਧਰਮ। ਬੱਚਿਆਂ ਨੂੰ ਠੁੱਡ ਮਾਰ ਕੇ ਸਕੂਲ ਭੇਜ ਦਿਓ, ਟੀਚਰਾਂ ਨੂੰ ਬੁਰਾ ਭੱਲਾ ਕਹਿ ਕੇ, ਟੀਚਰਾਂ ਪੜ੍ਹਾਉਂਦੀਆਂ ਨਹੀਂ ਆ, ਸਵੈਟਰਾਂ ਬੁਣਦੀਆਂ ਰਹਿੰਦੀਆਂ, ਅਖਬਾਰ ਦੇਖਦੀਆਂ ਰਹਿੰਦੀਆਂ, ਗੱਲਾਂ ਕਰਦੀਆਂ ਰਹਿੰਦੀਆਂ, ਬੱਚਿਆਂ ਨੂੰ ਬਿਲਕੁਲ ਨਹੀਂ ਪੜ੍ਹਾਉਂਦੀਆਂ, ਨਿਕੰਮੀਆਂ ਨੇ, ਪੈਸੇ ਲੈਂਦੀਆਂ ਨੇ। ਇਹ ਮਾਂ ਪਿਓ ਗੱਲਾਂ ਕਰਕੇ ਆ ਕਿੱਥੇ ਚਲੇ ਗਏ? ਧਾਰਮਿਕ ਸਥਾਨ 'ਤੇ, ਆਖੇ ਬੰਦ ਕਰ ਲਈ, ਮਾਲਾ ਫੇਰ ਲਈ, ਇਹਨੂੰ ਧਰਮ ਥੋੜ੍ਹਾ ਨਾ ਕਹਿੰਦੇ ਨੇ, ਹੈ ਨਾ? ਧਰਮ ਕੀ ਹੈ? ਸੱਚੋ ਰਹਿ ਸਭ ਕੋ ਉੱਪਰ ਸੱਚ ਅਚਾਰ, ਚੰਗੇ ਆਚਰਣ ਨਾਲ ਜੀਵੀਏ, ਆਸ ਪਾਸ ਚੰਗਾ ਮਾਹੌਲ ਕ੍ਰੀਏਟ ਕਰੀਏ, ਇਹ ਧਰਮ ਹੈ ਨਾ? ਇੱਕ ਪਿਤਾ ਇੱਕ ਕਿ ਮੁਬਾਰਕ ਜੀਵੀਏ, ਵੀ ਆਲ ਆਰ ਚਿਲਡਰਨ ਆਫ ਗੋਡ ਹੈ, ਸਿੱਖੀਏ, ਸਾਰਿਆਂ ਨਾਲ ਲਵ ਕਰੀਏ ਨਾ, ਹਰ ਕਿਸੇ ਨਾਲ ਪਿਆਰ ਕਰ ਸਕਦੇ ਹਾਂ। ਪਰ ਲਵ ਦੀ ਡੈਫੀਨੇਸ਼ਨ ਬਣਾਈ ਕੀ ਹੋਈ ਹੈ ਅਸੀਂ? ਟੀਚਰ ਸੇ ਛੁਪ ਕੇ, ਮੰਮੀ ਪਾਪਾ ਸੇ ਛੁਪ ਕੇ, ਇੱਕ ਲੜਕੀ ਕੇ ਸਾਥ ਕਹੀਂ ਪਰ ਮਿਲ ਜਾਣੇ ਕੋ ਲਵ ਕਹਿੰਦੇ ਨੇ, ਜਿਹੜਾ ਇਸ ਕੁਸ਼ਚਨ ਵਿੱਚ ਹੈ, ਲਾਇਲ ਹੋ ਜਾਈਏ। ਲਾਇਲ ਹੋ ਹੀ ਨਹੀਂ ਸਕਦੇ ਜੇ ਤੁਸੀਂ ਆਪਣੇ ਐਂਡ 'ਤੇ ਲਾਇਲ ਹੋ ਜਾਓਗੇ। ਜ਼ਰੂਰੀ ਹੈ ਤੁਹਾਡਾ ਸਾਥੀ ਲਾਇਲ ਹੈ, ਜ਼ਰੂਰੀ ਹੈ ਤੁਹਾਡਾ ਹਮਸਫ਼ਰ ਲਾਇਲ ਹੈ। ਇੱਕ ਮੁੰਡਾ ਇੱਕ ਕੁੜੀ ਨੂੰ ਕਹਿੰਦਾ, ਤੂੰ ਮੇਰੇ ਕੋਲ ਬਹੁਤ ਅੱਛੀ ਲੱਗਦੀ ਹੋ। ਬੜੇ ਦਿਨ ਕਹਿੰਦਾ ਰਿਹਾ ਗਾ, ਉਹਦੀ ਗੱਲਾਂ 'ਚ ਆ ਗਈ, ਮਿੱਤਰਤਾ ਹੋ ਗਈ। ਇੱਕ ਦਿਨ ਕਿੱਥੇ ਰੋਟੀ ਖਾ ਰਹੇ ਸੀ, ਉਹਨੂੰ ਕਹਿੰਦਾ, ਤੁਹਾਰੀ ਆਂਖੇ ਬਹੁਤ ਸੁੰਦਰ ਹੈ। ਕਹਿੰਦਾ, ਅੱਛਾ ਤੁਮਨੇ ਮੇਰੀ ਆਂਖੇ ਦੇਖ ਕੇ ਮੇਰੇ ਕੋਲ ਪਿਆਰ ਕੀਤਾ ਥਾ? ਕਹਿੰਦਾ, ਹਾਂ, ਤੇਰੀ ਆਂਖੇ ਇਤਨੀ ਸੁੰਦਰ ਹੈ, ਮਾਈ ਗੋਡ, ਹਿਰਨੀ ਜੈਸੀ, ਚਾਂਦ ਜੈਸੀ, ਆਕਾਸ਼ ਕੇ ਤਾਰੇ ਜੈਸੀ, ਉਹ ਯੇ ਉਹ ਬੜੀਆਂ ਗੱਲਾਂ ਕੀਤੀਆਂ। ਉਹਨੇ ਦੋਨੋਂ ਅੱਖਾਂ ਕੱਢ ਕੇ ਪਲੇਟ 'ਚ ਰੱਖ ਦਿੱਤੀਆਂ, ਲੈ ਅਚਾਰ ਪਾ ਲੇ। ਹੁਣ ਜਿਹੜਾ ਆਂਖੇ ਦੇਖ ਕੇ ਖੁਸ਼ ਹੋ ਰਿਹਾ, ਕੱਲ੍ਹ ਕਿਸੇ ਹੋਰ ਨੂੰ ਕਹੇਗਾ, ਤੇਰੇ ਲਿਪਸ ਬੜੇ ਜ਼ੋਰਦਾਰ ਹੈ, ਤੇਰੀ ਨੱਕ ਬੜੀ ਜ਼ੋਰਦਾਰ ਹੈ, ਤੇਰੀ ਫਿਗਰ ਬੜੀ ਜ਼ੋਰਦਾਰ ਹੈ। ਇਹਦੇ ਨਾਲ ਲਵਿੰਗ ਰਿਲੇਸ਼ਨਸ਼ਿਪ ਸ਼ੁਰੂ ਹੁੰਦੀ ਹੈ। ਨੌਨਸੈਂਸ, ਫਿਜ਼ੀਕਲ ਇਨਫੈਚੁਏਸ਼ਨ,
ਸਾਰਿਆਂ ਨਾਲ ਲਵ ਹੋ ਸਕਦਾ ਜੇ ਅਸੀਂ ਸਾਰਿਆਂ ਦੇ ਜਜ਼ਬਾਤਾਂ ਨੂੰ ਸਮਝੀਏ ਔਰ ਉਹਨਾਂ ਦੇ ਜਜ਼ਬਾਤਾਂ ਨੂੰ ਨਰਚਰ ਕਰੀਏ, ਆਪਣੇ ਜਜ਼ਬਾਤਾਂ ਨੂੰ ਉਹਨਾਂ ਦੇ ਨਾਲ ਮਿਲਾ ਕੇ ਚਾਰੋਂ ਪਾਸੇ ਲਵਿੰਗ ਰਿਲੇਸ਼ਨਸ਼ਿਪ ਦਾ ਮਾਹੌਲ ਤਿਆਰ ਕਰੀਏ। ਇਹ ਸੋ ਕਾਲਡ ਲਵ ਮੈਰਿਜ ਔਰ ਬੋਏਫ੍ਰੈਂਡ ਗਰਲਫ੍ਰੈਂਡ ਖਤਮ ਹੋ ਜਾਣਗੇ, ਟੀਚਰ ਦਾ ਕੀ ਜਾਂਦਾ, ਟੀਚਰ ਘਰ ਚਲੀ ਜਾਏਗੀ, ਜਿਹੜਾ ਖੇ ਖਾਣਾ ਜਾਂਦਾ ਪਿਆ ਖਾਏ, ਟੀਚਰ ਦਾ ਤਾਂ ਕੁਛ ਵੀ ਨਹੀਂ ਜਾਂਦਾ। ਐਮ ਆਈ ਰਾਈਟ? ਥੈਂਕਸ ਫੋਰ ਸ਼ੇਅਰਿੰਗ, ਸੋ ਨਾਈਸ ਆਫ ਯੂ, ਗ੍ਰੇਟ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ, ਐਕਚੁਅਲੀ ਤੁਸੀਂ ਇੱਥੇ ਟੀਚਰ ਹੋ? ਹਾਂਜੀ, ਆਈ ਰੀਲੀ ਐਪਰੀਸ਼ੀਏਟ, ਥੈਂਕਸ, ਸੋ ਨਾਈਸ ਆਫ ਯੂ। ਸਰ ਐਕਚੁਅਲੀ ਮੈਂ ਪੁੱਛਣਾ ਚਾਹ ਰਹੀ ਹਾਂ ਕਿ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਉਹ ਉਸ ਤਰ੍ਹਾਂ ਦੀ ਰਿਸਪੈਕਟ ਨਹੀਂ ਦਿੰਦੇ, ਬਈ ਪੇਸ਼ੈਂਸ ਲੈਵਲ ਨਹੀਂ ਹੈ, ਜਿਵੇਂ ਬੱਚੇ ਹੈ ਜਿਵੇਂ ਜਗਜੀਤ ਨੇ ਕਿਹਾ ਕਿ ਗਲਤ ਘਰੋਂ ਵੀ ਗਾਲਾਂ ਖਾਂਦੇ ਨੇ ਸਕੂਲ ਆ ਕੇ ਵੀ, ਮੇਰੇ ਹਿਸਾਬ ਨਾਲ ਸ਼ਾਇਦ ਉਹਦੇ ਵਿੱਚ ਪੇਸ਼ੈਂਸ ਲੈਵਲ ਨਹੀਂ ਹੈ। ਐਟਲੀਸਟ ਪੇਰੈਂਟ ਨੂੰ ਸੁਣੋ, ਸਮਝੋ, ਉਹ ਐਕਸਪੀਰੀਅੰਸ ਨੇ, ਮਤਲਬ ਉਹ ਚੀਜ਼ ਦੀ ਘਾਟ ਹੈਗੀ ਹੁਣ ਕਿ ਬੱਚੇ ਸੁਣਦੇ ਨਹੀਂ ਉਸ ਤਰ੍ਹਾਂ, ਜਿਸ ਤਰ੍ਹਾਂ ਸੁਣਨਾ ਚਾਹੀਦਾ, ਜਿਸ ਤਰ੍ਹਾਂ ਰਿਸਪੈਕਟ ਵੱਡਿਆਂ ਨੂੰ ਦੇਣੀ ਚਾਹੀਦੀ ਹੈ। ਅਸੀਂ ਪੇਰੈਂਟਸ ਵਾਸਤੇ ਤਾਂ ਸੈਸ਼ਨ ਕਰਾਂਗੇ, ਉਹਨਾਂ ਨੂੰ ਸਮਝਾਵਾਂਗੇ, ਬਟ ਹੁਣ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਇਹਨਾਂ ਨੂੰ ਰਿਸਪੈਕਟ ਦੇਣੀ ਚਾਹੀਦੀ ਹੈ ਆਪਣੇ ਤੋਂ ਵੱਡਿਆਂ ਨੂੰ, ਟੀਚਰਸ ਨੂੰ, ਸਭ ਨੂੰ। ਉਹ ਇਹਦੀ ਤੁਹਾਡਾ ਕੀ ਨਾਂ ਹੈ? ਸਰ ਭਵਜੀਤ। ਭਵਜੀਤ ਜੀ, ਥੈਂਕਸ ਫੋਰ ਸ਼ੇਅਰਿੰਗ, ਵੈਲ ਸੈਟ, ਵੈਰੀ ਵੈਲ ਸੈਟ। ਮੈਂ ਸੋਚ ਰਿਹਾ ਭਾਵੇਂ ਟੀਚਰਸ ਦੇ ਨਾਲ ਬੱਚੇ ਬੈਠੇ ਹੋਣ ਅਤੇ ਭਾਵੇਂ ਅਲੋਂਗ ਵਿਦ ਪੇਰੈਂਟਸ ਬੱਚੇ ਬੈਠੇ ਹੋਣ, ਮੇਨਲੀ ਤਾਂ ਅਸੀਂ ਸੈਮੀਨਾਰ ਇਹਨਾਂ ਵਾਸਤੇ ਹੀ ਕਰ ਰਹੇ ਹਾਂ, ਕਰੈਕਟ? ਸੋ ਭਵਜੀਤ ਜੀ, ਤੁਸੀਂ ਕਿਹੜਾ ਸਬਜੈਕਟ ਪੜ੍ਹਾਉਂਦੇ ਹੋ? ਮੈਥਸ। ਇੰਜ ਹੈ ਕਿ ਭਾਵੇਂ ਜਗਜੀਤ ਹੈ ਅਤੇ ਭਾਵੇਂ ਕੋਈ ਵੀ ਬੱਚਾ ਹੈ, ਇਹ ਸਾਰੇ ਨਾ ਬੱਚੇ ਨੇ, ਰਾਈਟ? ਬੱਚੇ ਕਹਿੰਦੇ ਹੀ ਉਹਨਾਂ ਨੂੰ ਇਸ ਕਰਕੇ ਨੇ ਕਿ ਕਿਉਂਕਿ ਇਹ ਹੁਣੇ ਮੰਮੀ ਪਾਪਾ ਨਹੀਂ ਬਣੇ ਨੇ, ਮੰਮੀ ਪਾਪਾ ਬਣਨ ਤੱਕ ਇਹਨਾਂ ਨੂੰ ਸਕੂਲ ਕਰਨਾ, ਕਾਲਜ ਕਰਨਾ, ਜੋਬ ਕਰਨੀ ਹੈ, ਫਿਰ ਕਿਸੇ ਦਿਨ ਮੰਮੀ ਪਾਪਾ ਬਣਨਗੇ ਵਿਆਹ ਤੋਂ ਬਾਅਦ। ਇਹਦਾ ਮਤਲਬ ਇਹਨਾਂ ਦੀ ਹਰ ਚੀਜ਼ ਘੱਟ ਹੋਏਗੀ। ਮੈਂ ਸੋਚਦਾ ਇਹਨਾਂ ਨੇ ਤਾਂ ਆਸਤਾ ਆਸਤਾ ਆਪਣੀ ਲਾਈਫ ਵਿੱਚ ਸਿੱਖਣਾ, ਭਾਵੇਂ ਕੋਈ ਵੀ ਬੱਚਾ ਦੁਨੀਆ ਦਾ ਕਿੱਥੇ ਵੀ ਹੈ, ਉਹ ਜਿੰਨਾ ਜਲਦੀ ਸਿੱਖੇ ਉਹਦਾ ਫਾਇਦਾ ਹੈ, ਫਾਈਨ। ਪਰ ਘਰੋਂ ਉਹਨਾਂ ਨੂੰ ਗੱਲਾਂ ਪਈਆਂ, ਉਹਨਾਂ ਕੋਲ ਪੇਸ਼ੈਂਸ ਲੈਵਲ ਨਹੀਂ ਹੈ, ਇਸ ਕਰਕੇ ਮੈਂ ਸੋਚਦਾ ਕਿ ਮੰਮੀ ਪਾਪਾ ਤਾਂ PhD ਔਰ MEd ਕਰਕੇ ਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ ਨਹੀਂ ਆਏ, ਪਰ ਟੀਚਰ ਆਈ ਹੈ, ਤਾਂ ਟੀਚਰ ਉਹਨਾਂ ਨੂੰ ਸਮਝਣ ਦਾ ਯਤਨ ਕਰੇ, ਹੈ ਨਾ, ਉਹਨਾਂ ਦਾ ਪੇਸ਼ੈਂਸ ਲੈਵਲ ਵੱਧਦਾ ਜਾਏਗਾ। ਟੀਚਰ ਉਹਨਾਂ ਨੂੰ ਨਰਚਰ ਕਰਨਾ ਪੜ੍ਹੇ, ਕੋਈ ਕਿਤਾਬਾਂ ਹੈ ਜਾਂ ਨਹੀਂ ਮੈਨੂੰ ਪਤਾ ਨਹੀਂ, ਕਿਉਂਕਿ ਮੈਂ ਤਾਂ ਸਾਰਾ ਸਪੋਂਟੇਨੀਅਸ ਲੈਕਚਰ ਡਿਸਕਸ ਕਰਦੇ ਹਾਂ। ਟੀਚਰ ਕਾਸ਼ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰਦੇ, ਇਨ ਸਪਾਈਟ ਆਫ ਟੈਲਿੰਗ ਦੈਮ ਤੂੰ ਪੜ੍ਹਤੇ ਨਹੀਂ ਹੋ, ਤੂੰ ਨਲਾਇਕ ਹੋ, ਉਹਨੂੰ ਉਹਦੇ ਸਾਹਮਣੇ ਜਿਹਦੇ ਨੰਬਰ ਜ਼ਿਆਦਾ ਆਉਂਦੇ ਨੇ ਉਹਨੂੰ ਜ਼ਿਆਦਾ ਵਡਿਆਏ, ਉਹਦੀ ਵਾਹਵਾ ਕਰੇ, ਪਰ ਉਹਦੀ ਬੇਇੱਜ਼ਤੀ ਕਰਦੇ, ਰਾਦਰ ਉਹ ਤਾਂ ਆਲਰੇਡੀ ਪੜ੍ਹਦਾ ਹੈ ਹੀ ਹੈ, ਪੜ੍ਹਦੀ ਹੈ ਹੀ ਹੈ, ਪਰ ਜਿਹਦੇ ਘੱਟ ਨੰਬਰ ਨੇ ਟੀਚਰ ਉਹਨੂੰ ਜ਼ਿਆਦਾ ਪਿਆਰ ਕਰੇ। ਇੰਨਾ ਟਾਈਮ ਟੀਚਰ ਕੱਢੇ, ਕੱਢ ਸਕਦੀ ਹੈ ਸਕੂਲ ਟਾਈਮ ਤੋਂ ਬਾਅਦ, ਲੇਕਿਨ ਸਕੂਲ ਟਾਈਮ ਤੋਂ ਬਾਅਦ ਉਹਨੂੰ ਸਟਾਫ ਰੂਮ ਵਿੱਚ ਜਾਣਾ ਹੈ, ਸਕੂਲ ਟਾਈਮ ਤੋਂ ਬਾਅਦ ਉਹਨੂੰ ਜਲਦੀ ਤੋਂ ਜਲਦੀ ਆਪਣੇ ਘਰ ਜਾਣਾ ਹੈ, ਸਕੂਲ ਟਾਈਮ ਤੋਂ ਬਾਅਦ ਉਹਨੂੰ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਆਪਣੀ ਕੋਈ ਤਨਖਾਹ ਵਾਸਤੇ ਜਾਂ ਪ੍ਰਮੋਸ਼ਨ ਜਾਂ ਬੋਨਸ ਵਾਸਤੇ ਜਾਣਾ ਹੈ, ਇਸ ਕਰਕੇ ਟੀਚਰ ਆਪਣੀ ਕੰਸਰਨ ਹੋ ਗਈ ਹੈ। ਤੁਸੀਂ ਨਹੀਂ ਹੋਏ, ਮੈਂ ਕਹਿ ਰਿਹਾ, ਆਈ ਡੋਂਟ ਮੀਨ ਯੂ ਆਰ ਰੋਂਗ, ਇਨ ਜਨਰਲ ਜੇ ਟੀਚਰ ਬੱਚੇ ਨੂੰ ਸਮਝਣਾ ਸ਼ੁਰੂ ਕਰਦੇ ਨਾ, ਸਾਰੇ ਕੁਐਸਚਨ ਖਤਮ ਹੋ ਜਾਣਗੇ, ਰਾਦਰ ਵੈਨ ਦੇ ਵਿਲ ਕਮ ਆਊਟ ਆਫ ਦਾ ਸਕੂਲ ਉਹਨਾਂ ਪੇਸ਼ੈਂਸ ਲੈਵਲ ਸਿੱਖ ਆਉਣਗੇ, ਕਿਉਂਕਿ ਆਮ ਤੌਰ 'ਤੇ ਸਾਈਕੋਲੋਜੀ 'ਚ ਕਿਹਾ ਜਾਂਦਾ 7 ਸਾਲ ਦੀ ਉਮਰ ਤੱਕ ਬੱਚਾ ਬਹੁਤ ਕੁਛ ਹੋਲ ਲਾਈਫ ਦਾ ਬ੍ਰੇਨ ਅੰਦਰ ਪਾ ਲੈਂਦਾ, ਕਾਲਜ ਅੰਦਰ ਇਤਨਾ ਨਹੀਂ ਪਾ ਪਾਏਗਾ, ਇਸ ਕਰਕੇ ਕਾਲਜ ਦੇ ਸਟੂਡੈਂਟ ਸਟ੍ਰਾਈਕ ਕਰਦੇ ਨੇ, ਬੱਸਾਂ ਤੋੜਦੇ ਨੇ ਔਰ ਗਲਤ ਚੀਜ਼ਾਂ 'ਚ ਇਨਵੋਲਵ ਹੁੰਦੇ ਨੇ। ਉਹਨਾਂ ਦਾ ਹਾਈ ਟਾਈਮ ਸਕੂਲ ਹੈ, ਕਾਸ਼ ਜੇ ਸਕੂਲ ਦੀ ਟੀਚਰ ਪਿਆਰ ਕਰਨਾ ਸਿੱਖੇ, ਕਾਸ਼ ਜੇ ਸਕੂਲ ਦੀ ਟੀਚਰ ਉਹਨਾਂ ਦਾ ਦਿਲ ਲਵੇ, ਉਹਦੇ ਨਾਲ ਖਾਸ ਤੌਰ 'ਤੇ ਟਾਈਮ ਉਹਦੀ ਰਿਲੇਸ਼ਨਸ਼ਿਪ ਕ੍ਰੀਏਟ ਕਰੇ, ਬੱਚੇ ਮੈਂ ਤੇਰੇ ਵਾਸਤੇ ਕੰਸਰਨ ਹਾਂ,
ਕੀ ਪ੍ਰੋਬਲਮ ਹੈ, ਤੇਰੇ ਮੰਮੀ ਪਾਪਾ ਦੁਖੀ ਕਰਦੇ ਨੇ, ਮੈਂ ਤੇਰੀ ਮਾਂ, ਮੈਂ ਤੇਰੀ ਭੈਣ, ਤੂੰ ਆਪਣੀ ਕੋਈ ਪ੍ਰੋਬਲਮ ਹੈ ਮੇਰੇ ਨਾਲ ਡਿਸਕਸ ਕਰਿਆ ਕਰ, ਹੈ ਨਾ। ਇਸ ਤਰ੍ਹਾਂ ਟੀਚਰਾਂ ਕਰ ਸਕਦੀਆਂ, ਉਹਨਾਂ 'ਚ ਵੀ ਜਿਗਰਾ ਹੈ, ਉਹ ਵੀ ਹਿਊਮਨ ਬੀਂਗ ਨੇ, ਉਹਨਾਂ ਦੇ ਵੀ ਕੋਈ ਪਤੀ ਪਤਨੀ ਬੱਚੇ ਹੈ, ਉਹਨਾਂ ਦੇ ਵੀ ਮਾਂ ਪਿਓ ਹੈ। ਸੋ ਟੀਚਰ ਅੰਡਰਸਟੈਂਡਸ ਦਿਸ, ਪਰ ਟੀਚਰ ਇਹਦੇ ਵਾਸਤੇ ਸਮਾਂ ਕੱਢੇ, ਬੱਚਿਆਂ ਨੂੰ ਪਿਆਰ ਕਰੇ, ਬੱਚੇ ਦੀ ਪ੍ਰੋਬਲਮ ਨੂੰ ਸਮਝੇ, ਸਿਲੇਬਸ ਨੂੰ ਪੂਰਾ ਹੋ ਜਾਏਗਾ, ਦੇਖਿਆ ਜਾਏਗਾ, ਰਾਈਟ। ਸੋ ਭਵਦੀਪ ਜੀ, ਭਵਜੀਤ ਜੀ, ਥੈਂਕਸ ਫੋਰ ਸ਼ੇਅਰਿੰਗ, ਐਂਡ ਆਈ ਐਕਸਪੈਕਟ, ਮੇ ਬੀ ਮਾਈ ਐਕਸਪੈਕਟੇਸ਼ਨਸ ਵਿਲ ਬੀ ਫੁਲਫਿਲਡ ਔਰ ਨੋਟ, ਬਟ ਆਈ ਐਕਸਪੈਕਟ ਕਿ ਭਾਰਤ ਵਿੱਚ ਟੀਚਰ ਬੱਚਿਆਂ ਨੂੰ ਪਿਆਰ ਕਰਨ ਵਾਲੇ ਪਾਸੇ ਆਵੇ, ਭਾਵੇਂ ਬੱਚਾ ਰੋਲਾ ਪਾਉਂਦਾ ਰਹੇ, ਭਾਵੇਂ ਬੱਚਾ ਫਿਰ ਵੀ ਨਾ ਸਮਝੇ। ਸੋ ਮੈਂ ਇੱਕ ਸਟੇਟਮੈਂਟ ਪੜ੍ਹੀ ਸੀ, ਯੂ ਟਰਾਈ ਟੂ ਗਰੋ ਟ੍ਰੀ ਆਫ ਲਵ ਇਨ ਅਦਰਸ, ਰਾਈਟ, ਈਵਨ ਇਫ ਇਟ ਡਜ਼ਨਟ ਗਰੋ ਇਨ ਦੇਅਰ ਹਾਰਟਸ, ਐਟ ਲੀਸਟ ਇਟ ਗਰੋਜ ਇਨ ਯੂ। ਟੀਚਰ ਤਾਂ ਕਮ ਸੇ ਕਮ ਪਿਆਰ ਸਿੱਖ ਜਾਏਗੀ, ਕਿਉਂਕਿ ਇਹ ਬੱਚੇ ਨਾ ਆਏ ਦਿਨ ਟੀਚਰ ਦੀਆਂ ਕਲਾਸਾਂ ਤੋਂ ਅੱਗੇ ਅੱਗੇ ਚਾਲੇ ਜਾਂਦੇ ਨੇ, ਵੱਧ ਤੋਂ ਵੱਧ ਟੀਚਰ ਦੇ ਨਾਲ ਇੱਕ ਸਾਲ ਰਹਿੰਦੇ ਨੇ, ਹਰ ਵਾਰੀ ਬੱਚੇ ਬਦਲ ਜਾਂਦੇ ਨੇ। ਪਰ ਜੇ ਟੀਚਰ ਲਵਿੰਗ ਪਰਸਨੈਲਿਟੀ, ਲਵਿੰਗ ਬੀਂਗ ਬਣ ਗਈ ਨਾ, ਤਾਂ ਜਿਤਨੇ ਮਰਜ਼ੀ ਬੈਚ ਆਉਣ, ਜਿਤਨੇ ਮਰਜ਼ੀ ਪ੍ਰਮੋਸ਼ਨਾਂ ਨਾ ਹੋਣ, ਜਿਤਨੇ ਮਰਜ਼ੀ ਸਟਾਫ ਔਰ ਪ੍ਰਿੰਸੀਪਲ ਦਾ ਪ੍ਰੈਸ਼ਰ ਹੋਵੇ, ਜਿਤਨੀ ਮਰਜ਼ੀ ਟੀਚਰ ਨੂੰ ਸੱਸ ਨੇ ਦੁਖੀ ਕੀਤਾ ਹੋਵੇ, ਜੋ ਮਰਜ਼ੀ ਟੀਚਰ ਦੇ ਨਾਲ ਹੋ ਰਿਹਾ ਹੋਏ, ਟੀਚਰ ਲਵਿੰਗ ਪਰਸਨੈਲਿਟੀ ਹੈ, ਇਸ ਕਰਕੇ ਟੀਚਰ ਹਰ ਆਰਟਸ ਦੇ ਵਿੱਚ ਲਵ ਕਰ ਸਕਦੀ ਹੈ, ਇਹ ਨਾ ਬਦਲ ਦੇਗਾ ਸਾਡਾ ਕਾਇਆ ਕਰ ਦੇਗਾ। ਆਈ ਥਿੰਕ, ਇਫ ਆਈ ਐਮ ਰੋਂਗ ਫੋਰ ਗਿਵ ਮੀ, ਡੋਂਟ ਹੈਜ਼ਾ। ਸੋ ਨਾਈਸ ਆਫ, ਆਈ ਰੀਲੀ ਐਪਰੀਸ਼ੀਏਟ ਯੂਅਰ ਅੰਡਰਸਟੈਂਡਿੰਗ ਲੈਵਲ, ਥੈਂਕ ਸੋ ਨਾਈਸ, ਥੈਂਕ ਯੂ। ਇਹ ਲਿਖਦੇ ਨੇ, ਯੂ ਆਰ ਪ੍ਰੋਫੈਸ਼ਨਲੀ ਇੰਜੀਨੀਅਰ, ਇੰਜੀਨੀਅਰਿੰਗ ਇਜ਼ ਦ ਸਿਕਿਓਰ ਐਂਡ ਸਕਸੈਸਫੁਲ ਜੋਬ, ਸੋ ਵਿਚ ਫੇਜ਼ ਆਫ ਲਾਈਫ, ਵਿਚ ਫੇਜ਼ ਆਫ ਯੂਅਰ ਲਾਈਫ ਲੈਟ ਯੂ ਟੂ, ਮੇਰੇ ਖਿਆਲ ਉਹ ਕਹਿਣਾ ਚਾਹੁੰਦੇ ਨੇ ਜੋ ਸਪੈਲਿੰਗ ਅੱਗੇ ਪਿੱਛੇ ਹੈਗੇ ਨੇ ਥੋੜ੍ਹੇ ਜਿਹੇ, ਕਿ ਵੀ ਤੁਸੀਂ ਇਹ ਲਿਵਿੰਗ ਕਰੀਅਰ ਦੇ ਵਿੱਚ ਐਂਟਰ ਕਰਕੇ ਔਰ ਲੋਕਾਂ ਨੂੰ ਸਲਾਹ ਦੇਣ ਦਾ ਪ੍ਰੋਗਰਾਮ ਕਦੋਂ ਤੋਂ ਬਣਾਇਆ, ਜਦਕਿ ਬਹੁਤ ਸਿਕਿਓਰ ਜੋਬ ਵਿੱਚ ਇੰਜੀਨੀਅਰਿੰਗ ਤੁਸੀਂ ਕੀਤੀ ਹੋਈ ਹੈ, ਬੜਾ ਅੱਛਾ ਕੁਸ਼ਚਨ ਹੈ। ਫਸਟ ਆਫ ਆਲ ਆਈ ਮਸਟ ਸਬਮਿਟ ਕਨਫੈਸ ਕਿ ਜੇ ਇਹਦੇ ਸੈਲਫ ਰੇਜ਼ ਹੋ ਜਾਏ ਤਾਂ ਉਹਨੂੰ ਮਾਫ਼ ਕਰ ਦੇਣਾ, ਸੋ ਯੂਅਰ ਕੁਸ਼ਚਨ ਇਜ਼ ਮੋਰ ਇੰਪੋਰਟੈਂਟ, ਨਾਟ ਮਾਈ ਸੈਲਫ। ਮੈਂ ਸਿਵਿਲ ਇੰਜੀਨੀਅਰ ਥਾ, ਨਾਓ ਨੋ ਮੋਰ ਸਿਵਿਲ ਇੰਜੀਨੀਅਰ, or I should say now I am civil engineer, kyunki jadon main engineering kiti si main roads railways bridges de subjects padhe si, hun ta te arth utte roads railways aur bridges banana tunnels banana sikhya si, hun mainu ek kam zyada pasand aaya ke logon ka soul to soul, heart to heart, ਦਿਲ ਨਾਲ ਦਿਲ ਨੂੰ ਜੋੜਨ ਦੇ ਬ੍ਰਿਜਿਸ ਬਣਾਈਏ। ਉਹ ਟਨਲਸ ਬਣਾਈਏ ਜਿਹਦੇ ਨਾਲ ਇੱਕ ਦੂਜੇ ਦੇ ਜਜ਼ਬਾਤਾਂ ਨੂੰ ਪੜ੍ਹ ਸਕੀਏ। ਉਹ ਵਾਲੀਆਂ ਬਿਲਡਿੰਗਸ ਬਣਾਈਏ, ਉਹ ਵਾਲੀਆਂ ਅੰਪਾਇਰਸ ਬਣਾਈਏ ਜਿਹਦੇ ਵਿੱਚ ਲੋਕ ਸਾਰੀ ਯੂਨੀਵਰਸ ਨੂੰ ਆਪਣਾ ਘਰ ਸਮਝ ਕੇ ਪਿਆਰ ਨਾਲ ਰਹਿ ਸਕਣ। ਸੋ ਯੈਸ, ਆਈ ਵਾਜ਼ ਸਿਵਿਲ ਇੰਜੀਨੀਅਰ ਸੋ ਕਾਲਡ, ਨਾਓ ਆਈ ਐਮ ਇਨ ਫੈਕਟ against that civil engineer, technically I feel now I am engineer, ke assi lokan de naal pyar karna sikhi hai. So mainu meri life is aisa koi phase nahi aaya, assi karo hi bachpan to en sikhde ha, sanu bachpan to karo en sikhaya janda si, paave sade parents paave sade nanke, apne dada dadi main nahi dekhe ne par sunya oh vi enji san, so sade parents aur mere nanke, ਸਾਡਾ ਮਕਾਨ ਬਣ ਰਿਹਾ, ਅਸੀਂ ਆਪਣੀ ਨਾਨੀ ਦੇ ਘਰੋਂ ਜਾ ਰਿਹਾ, ਉੱਥੇ ਨਾਨੀ ਦਾ ਮਕਾਨ ਬਣ ਰਿਹਾ, ਤਾਂ ਜਦੋਂ ਅਸੀਂ ਨਾਨੀ ਦੇ ਘਰ ਪਹੁੰਚੇ, ਜੂਨ ਜੁਲਾਈ ਦੀ ਗਰਮੀ, ਧੁੱਪ,
ਅਸੀਂ ਸੋਚਿਆ ਅਸੀਂ ਜਦੋਂ ਨਾਨੀ ਦੇ ਘਰ ਜਾਵਾਂਗੇ ਸਾਨੂੰ ਦੁੱਧ ਵਿੱਚ ਜਾਂ ਨਿੰਬੂ ਪਾਣੀ ਦੀ ਸ਼ਿਕੰਜੀ ਜਾਂ ਦੁੱਧ ਵਿੱਚ ਰੂਹ ਅਫਜ਼ਾ ਪਿਲਾ ਕੇ ਬਰਫ਼ ਦੇ ਠੰਡਾ ਕੁਛ ਪਿਲਾਇਆ ਜਾਏਗਾ। ਸੋ ਸਾਨੂੰ ਨਾਨੀ ਬਿਠਾਉਂਦੀ ਸੀ, ਬਿਠਾ ਕੇ ਸਾਡੇ ਸਾਹਮਣੇ ਬਰਫ਼ ਲੈ ਕੇ ਆਉਂਦੀ ਸੀ, ਫਰਿੱਜ ਨਹੀਂ ਸੀ, ਸਾਡੇ ਸਾਹਮਣੇ ਦੁੱਧ ਵਿੱਚ ਰੂਹ ਅਫਜ਼ਾ ਘੋਲਦੀ ਸੀ ਜਾਂ ਸ਼ਿਕੰਜੀ ਬਣਾਉਂਦੀ ਸੀ। ਬਣਾਉਣ ਤੋਂ ਬਾਅਦ ਸਾਨੂੰ ਦਿੰਦੀ ਨਹੀਂ ਸੀ, ਸਾਨੂੰ ਕਹਿੰਦੀ ਸੀ ਇਹ ਜਿਹੜਾ ਸਾਡਾ ਮਕਾਨ ਬਣਾਉਣ ਵਾਲੇ ਜਿਹੜੇ ਬਾਹਰ ਮਜ਼ਦੂਰ ਨੇ ਨਾ ਉਹਨਾਂ ਨੂੰ ਪਹਿਲਾਂ ਦੇ ਆਵਾਂ। ਸਿਰਫ ਸਾਨੂੰ ਦਿਖਾਉਣ ਵਾਸਤੇ ਨਹੀਂ, ਸਾਨੂੰ ਨਾਲ ਲੈ ਕੇ ਜਾਂਦੀ ਸੀ, ਸਾਡੇ ਹੱਥੋਂ ਉਹਨਾਂ ਨੂੰ ਗਲਾਸ ਦਵਾਉਂਦੀ ਸੀ ਇਹਨਾਂ ਨੂੰ ਪਿਲਾਓ, ਸਾਨੂੰ ਤਾਂ ਪਿਲਾ ਹੀ ਦਿੰਦੀ ਸੀ, ਸਾਨੂੰ ਇਨਸਿਕਿਉਰਿਟੀ ਨਹੀਂ ਸੀ ਖਤਮ ਹੋ ਜਾਏਗਾ। ਪਰ ਹੋਇਆ ਕੀ, ਐਕਚੁਲੀ ਸ਼ੀ ਗੇਵ ਅਸ ਪੇਸ਼ੈਂਸ, ਸ਼ੀ ਇੰਬਾਈਬਡ ਦਾ ਪੇਸ਼ੈਂਸ ਕਿ ਉਹਨੇ ਸਾਡੀ ਪਹਿਲਾਂ ਪੇਸ਼ੈਂਸ ਹੈ ਸਿਖਾਈ ਕਿ ਇੱਕਦਮ ਸੇ ਤੁਮ ਹੀ ਪੀ ਜਾਓਗੇ, ਇੱਕ ਦੋ ਗਲਾਸ ਪੀ ਜਾਓਗੇ, ਉਨਕੇ ਲਈ ਸ਼ਾਇਦ ਗਰੀਬੋ ਕੇ ਲਈ ਨਾ ਬੱਚੇ, ਇਸ ਲਈ ਪਹਿਲੇ ਉਹ ਤੁਸੀਂ ਤਾਂ ਸਿਰਫ ਹੁਣ ਆਏ ਹੋ, ਉਹ ਵਿਚਾਰੇ ਸਾਰਾ ਦਿਨ ਧੁੱਪ ਵਿੱਚ ਕੰਮ ਕਰਦੇ ਨੇ, ਗਰੀਬ ਲੋਕ ਨੇ, ਇਹਨਾਂ ਨੂੰ ਸ਼ਾਇਦ ਅਫੋਰਡ ਵੀ ਨਹੀਂ ਕਰ ਸਕਦੇ ਨੇ। ਉਹ ਸਾਡੇ ਸਾਹਮਣੇ ਉਹਨਾਂ ਨੂੰ ਦਿੰਦੀ ਸੀ, ਸਾਡਾ ਪੇਸ਼ੈਂਸ ਲੈਵਲ ਵਧਾਇਆ, ਸਾਨੂੰ ਹਾਊ ਟੂ ਸ਼ੇਅਰ ਵਿਦ ਅਦਰਸ ਸਿਖਾਇਆ, ਪੜ੍ਹਾ ਕੇ ਨਹੀਂ, ਡੰਡਾ ਮਾਰ ਕੇ ਨਹੀਂ, ਲਵਿੰਗਲੀ, ਰਿਲੀਜੀਅਸਲੀ, ਸਪਿਰਿਚੁਅਲੀ, ਨਾਈਸਲੀ, ਗ੍ਰੇਸਫੁਲੀ ਅਸੀਂ ਸਿੱਖ ਗਏ। ਇਹ ਹੁਣ ਰੀਸੈਂਟਲੀ ਮੇਰੀ ਸਿਸਟਰ 62 ਈਅਰਸ ਦੀ ਹੈ, ਸਭ ਤੋਂ ਵੱਡੀ ਭੈਣ, ਮੈਨੂੰ ਕਹਿੰਦੇ ਭੁਪਿੰਦਰ ਤੂੰ ਪੈਦਾ ਵੀ ਨਹੀਂ ਹੋਇਆ ਸੀ, ਮਾਤਾ ਜੀ ਕੀ ਕਰਦੇ ਸੀ ਵੈਨ ਆਈ ਵਾਜ਼ 4? ਮੈਂ ਪੈਦਾ ਨਹੀਂ ਹੋਇਆ, ਮੇਰੀ ਸਭ ਤੋਂ ਵੱਡੀ ਸਿਸਟਰ ਜਿਹੜੀ ਮੇਰੇ ਤੋਂ ਕਮ ਅਜ਼ ਕਮ 8-9 ਸਾਲ ਵੱਡੀ ਹੈ, ਉਹ ਕਹਿੰਦੀ ਹੈ ਜਦੋਂ ਮੈਂ 4 ਸਾਲ ਦੀ ਸੀ ਮੈਂ ਬਾਹਰ ਬੱਚਿਆਂ ਦੇ ਨਾਲ ਖੇਡਣਾ ਪਸੰਦ ਕਰਦੀ ਸੀ, ਔਰ ਮੈਨੂੰ ਕਿਹਾ ਜਾਂਦਾ ਸੀ ਅੰਗੀਠੀ ਉੱਤੇ ਦੁੱਧ ਰੱਖਿਆ, ਦੁੱਧ ਉਬਲ ਨਾ ਜਾਏ, ਜਦੋਂ ਦੁੱਧ ਪ੍ਰੋਪਰ ਉਬਲ ਜਾਏ, ਡੁੱਲ ਨਾ ਜਾਏ, ਉਸ ਤੋਂ ਪਹਿਲਾਂ ਦੁੱਧ ਨੂੰ ਅੰਗੀਠੀ ਤੋਂ ਉਤਾਰ ਕੇ ਸਾਈਡ 'ਤੇ ਰੱਖ ਦੇਣਾ। ਹੁਣ ਇਹਨੂੰ ਇਹ ਸਮਝ ਨਹੀਂ ਸੀ ਕਿ ਦੁੱਧ ਉਬਲ ਜਾਂਦਾ ਹੈ, ਦੁੱਧ ਸੜ ਜਾਂਦਾ ਹੈ। ਇਹ ਕਹਿੰਦੀ ਹੈ ਭੁਪਿੰਦਰ ਮੈਂ ਨਾ ਬਾਹਰ ਜਾ ਕੇ ਖੇਡਣ ਲੱਗ ਪੈਂਦੀ ਸੀ, ਖੇਡਦਿਆਂ ਖੇਡਦਿਆਂ ਪਤਾ ਲੱਗਦਾ ਸੀ ਉੱਪਰ ਦੁੱਧ ਪੂਰਾ ਉਬਲ ਉਬਲ ਕੇ ਉਬਲ ਉਬਲ ਕੇ ਪਤੀਲਾ ਵੀ ਸੜ ਗਿਆ। ਮਾਤਾ ਜੀ ਘਰ ਆਏ, ਮਾਤਾ ਜੀ ਨੇ ਗੁੱਸਾ ਨਹੀਂ ਕੀਤਾ, ਮਾਤਾ ਜੀ ਨੇ ਪਿਆਰ ਕੀਤਾ, ਦੁੱਧ ਦੀ ਗੱਲ ਕੀਤੀ ਨਹੀਂ, ਤੂੰ ਖੇਲਦੀ ਕਿਉਂ ਰਹੀ, ਤੂੰ ਧਿਆਨ ਕਿਉਂ ਨਹੀਂ ਕੀਤਾ, ਤੂੰ ਕੱਲ੍ਹ ਵੀ ਸਾੜਿਆ ਸੀ, ਤੈਨੂੰ ਉਸ ਦਿਨ ਵੀ ਕਿਹਾ ਸੀ ਤੂੰ ਸੁਣਦੀ ਨਹੀਂ। ਇਹ ਕਿਸੇ ਕਾਲਜ ਵਿੱਚ ਨਹੀਂ ਪੜ੍ਹਾਇਆ ਜਾਂਦਾ, ਕੋਈ ਸਿਲੇਬਸ, ਕੋਈ ਬੁੱਕਸ, ਕੋਈ ਧਾਰਮਿਕ, ਕਿਸੇ ਦੁਨੀਆ 'ਚ ਇਹ ਚੀਜ਼ਾਂ ਨਹੀਂ ਪੜ੍ਹਾਈਆਂ ਜਾਂਦੀਆਂ। ਬਟ ਯੂ ਨੋ ਵਟ ਸ਼ੀ ਡਿਡ, ਭੈਣ ਜੀ ਕਹਿੰਦੇ ਨੇ ਮਾਤਾ ਜੀ ਨੇ ਨਾ ਸ਼ਾਮੀ ਜਦੋਂ ਮੈਂ ਸਿਰ ਧੋਤਾ, ਇੱਕ ਦਿਨ ਸਿਰ ਧੋਂਦਿਆਂ ਨਾ ਮੇਰੇ ਸਿਰ 'ਤੇ ਤੇਲ ਪਾਉਣਾ ਸ਼ੁਰੂ ਕੀਤਾ, ਔਰ ਤੇਲ ਦੇ ਨਾਲ ਮੇਰੇ ਸਿਰ ਦੀ ਮਸਾਜ ਕਰਦੇ ਜਾ ਰਹੇ ਨੇ, ਮਸਾਜ ਕਰਦੇ ਕਰਦੇ ਕਹਿੰਦੇ ਨੇ ਤੈਨੂੰ ਭੁੱਖ ਲੱਗੀ ਹੈ, ਮੈਂ ਤੇਰੇ ਵਾਸਤੇ ਨਾ ਬਦਾਮ ਤੋੜ ਕੇ ਉਹਨਾਂ 'ਚ ਦੇਸੀ ਘਿਓ ਪਾ ਕੇ ਮਿੱਠਾ ਪਾ ਕੇ ਤੇਰੇ ਖਾਣ ਵਾਸਤੇ ਬਣਾਏ ਨੇ। ਇੱਥੇ ਤੇਲ ਪਾ ਕੇ ਮਸਾਜ ਕਰ ਰਹੇ ਨੇ, ਬਾਡੀ ਦੇ ਅੰਦਰ ਬਦਾਮ ਕੁੱਟ ਕੇ ਖਵਾਏ ਜਾ ਰਹੇ ਨੇ। ਸੋ ਫਿਜ਼ੀਕਲੀ ਐਂਡ ਮੈਂਟਲੀ ਮਾਤਾ ਜੀ ਨਾ ਉਹਦੀ ਸਿਹਤ ਬਣਾ ਰਹੇ ਨੇ, ਉਹਨੂੰ ਚਾਰੋਂ ਪਾਸੋਂ ਅੰਦਰੋਂ ਬਾਹਰੋਂ ਉਹਦਾ ਲੋਕ ਪਰਲੋਕ ਨਾ ਫਿਕਸਅਪ ਕਰ ਰਹੇ ਨੇ। ਕਰਦਿਆਂ ਕਰਦਿਆਂ ਪੁੱਛਦੇ ਨੇ ਤੇਲ ਲਾਉਂਦਿਆਂ ਲਾਉਂਦਿਆਂ ਚਾਹ ਅੱਛੀ ਕਿ ਦੁੱਧ ਅੱਛਾ? ਮੈਂ ਕਿਹਾ ਦੁੱਧ ਦੀ ਤਾਕਤ ਹੁੰਦੀ ਹੈ, ਦੁੱਧ ਚੰਗਾ। ਕਿਹਾ ਪਾਪਾ ਜੀ ਕਿਸ ਤਰ੍ਹਾਂ ਦੁੱਧ ਲਿਆਉਂਦੇ ਨੇ? ਮੈਂ ਕਿਹਾ ਮੈਂ ਸਵੇਰੇ ਜਦੋਂ ਉਹਨਾਂ ਨਾਲ ਜਾਂਦੀ ਹਾਂ ਉੱਥੇ ਘੰਟਾ ਖੜ੍ਹਾ ਹੋਣਾ ਪੈਂਦਾ, ਪਹਿਲਾਂ ਮੱਝ ਸਵੇਰੇ ਸਵੇਰੇ ਲੈ ਕੇ ਆਉਂਦੇ ਨੇ, ਫਿਰ ਮੱਝ ਨੂੰ ਕੁਛ ਖਵਾਉਂਦੇ ਨੇ, ਫਿਰ ਮੱਝ ਦਾ ਦੁੱਧ ਚੋਂਦੇ ਨੇ, ਫਿਰ ਵਾਰੀ ਸਿਰ ਜਿਹਦਾ ਜਿਹਦਾ ਦੁੱਧ ਨਿਕਲਦਾ ਜਾਂਦਾ ਹੁੰਦੇ, ਫਿਰ ਦੂਜੀ ਮੱਝ ਲਿਆਉਂਦੇ ਨੇ ਚੋਂਦੇ ਨੇ, ਘੰਟਾ ਲੱਗਦਾ ਇੰਨੀ ਦੂਰ ਪੈਦਲ ਜਾਂਦਿਆਂ। ਅੱਛਾ ਇੰਨਾ ਮੁਸ਼ਕਿਲ ਮਿਲਦਾ ਦੁੱਧ, ਫਰੀ ਮਿਲਦਾ ਕਿ ਪੈਸਿਆਂ ਦਾ? ਮੈਂ ਕਿਹਾ ਪੈਸਿਆਂ ਦਾ। ਅੱਛਾ
ਇੰਨਾ ਕੀਮਤੀ ਹੁੰਦਾ ਨਾ, ਜੇ ਜੁਲ ਜਾਏ ਜੇ ਸੜ ਜਾਏ ਜ਼ਾਇਆ ਚਲਾ ਗਿਆ ਨਾ। ਭੈਣ ਜੀ ਕਹਿੰਦੇ ਮੈਨੂੰ ਕਿਹਾ ਨਹੀਂ ਕਿ ਤੇਰਾ ਉਬਲ ਜਾਂਦਾ, ਤੇਰੇ ਕੋਲੋਂ ਸੜ ਜਾਂਦਾ, ਤੂੰ ਖੇਡਦੀ ਰਹਿੰਦੀ ਆ। ਵਟ ਸ਼ੀ ਡਿਡ, ਸ਼ੀ ਜਸਟ ਲਵਡ, ਸ਼ੀ ਨਰਚਰਡ, ਸ਼ੀ ਨੈਵਰ ਟੋਰਚਰਡ ਹਰ, ਲੈਗ ਪੁਲਿੰਗ ਨਹੀਂ ਕੀਤੀ ਉਹਨੂੰ, ਪਿਆਰ ਕਰ ਕਰਕੇ। ਇਹ ਪਿਆਰ ਦੀ ਭਾਸ਼ਾ ਖਤਮ ਹੋ ਗਈ ਹੈ ਸਾਡੇ ਪੇਰੈਂਟਸ 'ਚ ਅੱਜ। ਇਹ ਟੋਲਰੈਂਸ, ਇਹ ਪੇਸ਼ੈਂਸ, ਜਦਕਿ ਦੁੱਧ ਢੇਰ ਸਾਰਾ 24 hours ਅਵੇਲੇਬਲ ਹੈ। ਸੋ ਰਿਚਨੈਸ ਕਿਹਦੇ 'ਚ ਹੋਈ, 7 rupees ਕੇ ਸਮੋਸੇ ਮੈਂ ਹੋਈ, ਜਾਂ ਫਰਿੱਜ ਮੈਂ 24 hours ਦੁੱਧ ਅਵੇਲੇਬਲ ਮੈਂ ਹੋਈ, ਏਅਰ ਕੰਡੀਸ਼ਨ ਘਰ ਮੈਂ ਹੋਈ, ਵਧੀਆ ਕਾਰੋਂ ਮੈਂ ਹੋਈ, ਜਾਂ ਉਹ ਮਾਤਾ ਜੀ ਵੇਲੇ ਜਬ ਦੁੱਧ ਬੜੀ ਮੁਸ਼ਕਲ ਮਿਲਤਾ ਥਾ, ਗੈਸ ਕਾ ਚੁੱਲ੍ਹਾ ਨਹੀਂ ਥਾ, ਅੰਗੀਠੀ ਪੇ ਉਬਾਲਣਾ ਪੜਤਾ ਥਾ, ਔਰ ਅਗਰ ਦਿਨ ਮੇ ਨਾ ਉਬਾਲੋ ਤੋ ਫਿੱਟ ਜਾਤਾ ਥਾ। ਕਿਹਦੇ 'ਚ ਅਮੀਰੀ ਹੋਈ, ਮਾਤਾ ਜੀ ਦੇ ਬਿਹੇਵੀਅਰ 'ਚ। ਇਹਦਾ ਮਤਲਬ ਸਾਰੀ ਉਮਰ, ਹੋਲ ਲਾਈਫ, ਇਸ ਦੁਨੀਆ ਕੀ ਯੂਨੀਵਰਸ ਮੇ ਯੁੱਗ ਜ਼ਮਾਨਾ ਜੋ ਮਰਜ਼ੀ ਆਤਾ ਰਹੇ, ਸਟੇਟਸ ਜੋ ਮਰਜ਼ੀ ਹੋ, ਸਾਡੇ ਹਾਲਾਤ ਜਿਹੜੇ ਮਰਜ਼ੀ ਹੋਣ, ਉਹ ਵਾਲਾ ਨਾ ਮਾਤਾ ਜੀ ਵਾਲਾ ਬਿਹੇਵੀਅਰ ਇਜ਼ ਰਿਕੁਆਇਰਡ, ਰਾਈਟ? ਉਹ ਸਿੱਖਣਾ, ਉਹ ਟੀਚਰ ਸਿੱਖੇ, ਪ੍ਰਿੰਸੀਪਲ ਸਿੱਖੇ, ਮਾਂ ਪਿਓ ਸਿੱਖਣ, ਤੁਸੀਂ ਸਿੱਖੋ। ਜੇ ਟੀਚਰ, ਪ੍ਰਿੰਸੀਪਲ, ਮਾਂ ਪਿਓ ਨਾ ਸਿੱਖਣ ਤਾਂ ਵੀ ਤੁਸੀਂ ਸਿੱਖ ਲਓ, ਐਟਲੀਸਟ ਦਿਸ ਟ੍ਰੀ ਆਫ ਲਵ ਗ੍ਰਿਊ ਇਨ ਯੂ, ਯੂ ਕੈਨ ਗਰੋ ਇਟ, ਬਿਕੋਜ਼ ਇਟਸ ਯੋਰ ਲਾਈਫ, ਵਾਟ ਕਾਇੰਡ ਆਫ ਫਿਊਚਰ ਯੂ ਵਾਂਟ, ਯੂ ਕੈਨ ਕ੍ਰੀਏਟ ਇਟ। ਮੈਂ ਸੋਚਦਾ ਸੀ ਕਿ ਸਾਡੇ ਵੇਲੇ ਗੁੱਸਾ ਕਰਦੇ ਹੋਣਗੇ ਟੀਚਰਾਂ, ਸਾਡੇ ਵੇਲੇ ਹੋਮਵਰਕ ਦਾ ਪੰਗਾ ਸੀ, ਸਾਡੇ ਵੇਲੇ ਸਭ ਕੁਛ ਸੀ, ਮੈਂ ਫਿਊਚਰ ਵਿੱਚ ਇੰਡੀਆ ਜਾਵਾਂਗਾ, ਮੈਂ ਇਸ ਤਰੀਕੇ ਨਾਲ ਲੈਕਚਰ ਸ਼ੇਅਰ ਕਰਾਂਗਾ, ਐਜੂਕੇਸ਼ਨ ਡਿਪਾਰਟਮੈਂਟ ਦਾ ਬੂਹਾ ਖੜਕਾਵਾਂਗੇ, ਸਾਨੂੰ ਚਾਂਸ ਮਿਲ ਗਿਆ, ਅਸੀਂ ਕੇਂਦਰੀ ਵਿਦਿਆਲਿਆ ਦੇ 900 schools ਦੇ ਹੈੱਡ ਆਫਿਸ ਅੰਦਰ ਗਏ, ਅਸੀਂ ਉਹਨਾਂ ਨਾਲ ਗੱਲ ਕੀਤੀ, ਅਸੀਂ ਉਹਨਾਂ ਦੇ ਜਿਹੜੇ ਐਗਜੈਕਟਿਵਸ ਨੇ ਉਹਨਾਂ ਡਿਸਕਸ ਕੀਤਾ, ਸਾਡੀਆਂ ਦਿਲ ਸੇ ਦਿਲੋਂ ਕੀ ਰਾਹ, ਅਤੇ ਸਵੇਰਾ ਉਹਨਾਂ ਨੇ 900 schools ਦੀ ਲਾਇਬ੍ਰੇਰੀ 'ਚ ਰੱਖੀ। ਅਬੋਹਰ ਔਰ ਮੁਕਤਸਰ ਦੇ ਸਕੂਲ ਕਾਲਜ ਵਾਲਿਆਂ ਨੇ ਰੱਖੀ। ਇਸ ਤਰੀਕੇ ਦੇ ਨਾਲ ਜੋ ਮੈਂ ਸੋਚ ਕੇ ਆਇਆ ਸੀ ਉਹ ਹੋ ਗਿਆ। ਥੈਂਕ ਯੂ। ਤੁਸੀਂ ਇਹ ਕ੍ਰੀਏਟ ਕਰ ਸਕਦੇ ਹੋ ਫਿਊਚਰ, ਜਿਹੜੇ ਐਟ ਪ੍ਰੈਜੈਂਟ ਨੈਗੇਟਿਵਸ ਤੁਹਾਨੂੰ ਪਸੰਦ ਨਹੀਂ ਆ ਰਹੇ, ਉਹਨਾਂ ਦੇ ਬਗੈਰ ਵਾਲਾ ਆਪਣੇ ਫਿਊਚਰ, ਆਪਣੀ ਫੈਮਿਲੀ, ਆਪਣੇ ਬੱਚਿਆਂ ਦਾ ਤੁਸੀਂ ਨਵਾਂ ਸੰਸਾਰ ਬਣਾ ਸਕਦੇ ਹੋ, ਹੈ ਨਾ? ਸੋ ਜਿਹਨੂੰ ਇਹ ਗੱਲ ਸਮਝ ਆ ਜਾਏਗੀ ਨਾ, ਉਹਨੂੰ ਈਵਲਸ ਛੱਡਣੇ ਨਹੀਂ ਪੈਣਗੇ, ਛੁੱਟ ਜਾਣਗੇ, ਉਹ ਈਵਲਸ ਦਾ ਟਾਈਮ ਨਹੀਂ ਮਿਲੇਗਾ ਉਹਨੂੰ। ਮੈਂ ਇੰਡੀਆ ਆਇਆ, ਮੈਂ ਦੇਖਦਾ ਲੋਕ ਏਅਰ ਕੰਡੀਸ਼ਨ ਵਗੈਰਾ ਨਹੀਂ ਰਹਿ ਸਕਦੇ, ਮੈਨੂੰ ਗਰਮੀ ਨਹੀਂ ਲੱਗ ਰਹੀ, ਮੈਨੂੰ ਅਮੈਰੀਕਾ ਕਹਿੰਦੇ ਨੇ ਅੱਜ ਕੱਲ੍ਹ ਇੰਡੀਆ ਬਾਰਿਸ਼ਾਂ ਨੇ, ਚੌਮਾਸੇ ਦੀ ਗਰਮੀ ਹੈ, ਜੂਨ ਜੁਲਾਈ ਹੈ, ਧੁੱਪ ਹੈ, ਮੱਛਰ ਨੇ, ਬੱਤੀ ਚਲੀ ਜਾਂਦੀ ਹੈ, ਮਿੱਟੀ ਕੱਟਾ ਹੈ, ਮੈਨੂੰ ਕੁਛ ਨਹੀਂ ਲੱਗਦਾ। ਪਤਾ ਕਿਉਂ? ਉਹ ਮੈਂ ਤਾਂ ਆਪਣੇ ਕੰਮ ਆਇਆ, ਮੈਂ ਤਾਂ ਲੋਕਾਂ ਨੂੰ ਲੋਕਾਂ ਨਾਲ ਜੋੜਨ ਆਇਆ, ਉਹ ਮੈਂ ਪੈਸੇ ਲੈਣ ਨਹੀਂ ਆਇਆ। ਐਸਾ ਇਸ ਪੈਸ਼ਨ ਦਾ ਨਸ਼ਾ ਚੜਿਆ ਹੋਇਆ ਜਿਹੜਾ ਉਤਰ ਹੀ ਨਹੀਂ ਰਿਹਾ, ਮਰਨ ਤੱਕ ਆਖਰੀ ਸਵਾਸ ਤੋਂ ਬਾਅਦ ਹੀ ਉਤਰੇਗਾ। ਪਰ ਤਾਂ ਤੱਕ ਹੋਰਾਂ ਨੂੰ ਮੈਂ ਨਸ਼ਾ ਪਿਲਾ ਜਾਵਾਂਗਾ, ਰਾਈਟ? ਸੋ ਹੁਣ ਤੁਹਾਡੀ ਟਾਈਮ ਮੈਨੇਜਮੈਂਟ ਸ਼ੁਰੂ ਹੋਏਗੀ, ਹੈਂਜ, ਤੁਹਾਡੇ ਟ੍ਰੈਜਰ ਨੂੰ ਤੁਸੀਂ ਆਪ ਰਿਕਗਨਾਈਜ਼ ਕਰੋਗੇ, ਔਰ ਉਸ ਖਜ਼ਾਨੇ ਨੂੰ ਫੈਚ ਕਰੋਗੇ ਆਪ। ਜਿਹਨੂੰ ਪਸੰਦ ਹੈ, ਜਿਹਨੂੰ ਨਹੀਂ ਪਸੰਦ, ਉਹ ਇੰਜ ਕਰ ਸਕਦਾ ਜਿਵੇਂ ਇੱਕ ਬੱਚੇ ਨੂੰ, ਇੱਕ ਬੰਦੇ ਨੂੰ ਕੋਈ ਮਾਰ ਰਿਹਾ ਸੀ ਔਰ ਉਹ ਹੱਸ ਰਿਹਾ ਸੀ। ਜਦੋਂ ਹੱਸ ਰਿਹਾ ਸੀ ਤਾਂ ਜਰਨਲਿਸਟ ਆ ਗਏ, ਲੋਕ ਆ ਗਏ, ਟੀਵੀ ਅਖਬਾਰ ਵਾਲੇ ਆ ਗਏ, ਮਾਈਕ ਲਗਾ ਲਿਆ, ਅਜੀ ਇਹ ਤੁਮਕੋ ਮਾਰ ਰਹੇ ਆ ਔਰ ਤੁਮ ਹੱਸੇ ਜਾ ਰਹੇ ਹੋ। ਕਹਿੰਦਾ ਮੇਰਾ ਨਾਮ ਹੈ ਬੋਂਦੂ, ਉਹ ਇਹ ਮੇਰੇ ਕੋਲ ਚੰਦੂ ਸਮਝ ਰਿਹਾ।
ਮੈਂ ਚੰਦੂ ਹੈ ਨਹੀਂ। ਜੇ ਤੁਸੀਂ ਸੋਚ ਲਿਆ ਨਾ ਮੈਂ ਚੰਦੂ ਹੈ ਨਹੀਂ ਤਾਂ ਤੁਹਾਨੂੰ ਆਪਣਾ ਖਜ਼ਾਨਾ ਸਮਝ ਨਹੀਂ ਆਏਗਾ। ਆਪ ਹੀ ਮਾਰ ਖਾਵਾਂਗੇ, ਹੋਰਾਂ ਵਾਸਤੇ ਵੀ ਮਾਰ ਖਾਣ ਦਾ ਮਾਹੌਲ ਬਣਾਈ ਜਾਵਾਂਗੇ। ਰਾਈਟ, ਜਿਹਨੂੰ ਸਮਝ ਆ ਗਿਆ ਮੈਂ ਪਾਉਂਦੂ ਹਾਂ ਔਰ ਮੈਨੂੰ ਮਾਰ ਪੈ ਰਹੀ ਹੈ, ਉਹ ਬਦਲੇਗਾ, ਉਹ ਡੈਫੀਨੇਟਲੀ ਕਾਂਟ ਸਟਾਪ ਇਟ। ਬੈਲੈਂਸ ਆ ਜਾਏਗਾ, ਮਨ ਜੀਤੇ ਜਗਜੀਤ ਆ ਜਾਏਗਾ। ਕੋਈ ਮੈਡੀਟੇਸ਼ਨ ਨਹੀਂ ਕਰਨੀ ਪਏਗੀ, ਕੋਈ ਮਿਡਲ ਮੈਨ ਨਹੀਂ ਲੋੜ ਪਏਗਾ, ਕੋਈ ਸ੍ਰੀਮਾਨ 108 ਔਰ ਬਾਬਾ ਜੀ ਔਰ ਬ੍ਰਹਮ ਗਿਆਨੀ ਜੀ ਲੋੜ ਨਹੀਂ ਪੈਣਗੇ, ਕੋਈ ਤਾਂਤਰਿਕ ਲੋੜ ਨਹੀਂ ਪਏਗਾ, ਕੋਈ ਮੰਗਲਵਾਰ ਸ਼ੁੱਕਰਵਾਰ ਦੇ ਗੇਮ ਖਤਮ ਹੋ ਜਾਏਗੀ, ਕੌਣ ਸਾ ਅੱਛਾ ਔਰ ਕੌਣ ਸਾ ਬੁਰਾ, ਕਿਹੜੀ ਤਰੀਕ ਅੱਛੀ ਹੈ, ਕੌਣ ਸੇ ਰੰਗ ਕੇ ਕੱਪੜੇ ਪਹਿਨੇ, ਕਿਹੜਾ ਪੱਥਰ ਪਾਉਣਾ ਚਾਹੀਦਾ, ਕੌਣ ਸਾ ਧਾਗਾ ਬਣਵਾਉਣਾ ਚਾਹੀਏ, ਕੌਣ ਸੇ ਐਗਜ਼ਾਮ ਵਾਲੇ ਦਿਨ ਕਿਹੜੇ ਬਾਬਾ ਜੀ ਸੇ ਪੈਨ ਕੋ ਫੂਕ ਮਰਾਉਣੀ ਚਾਹੀਏ, ਇਹ ਸਭ ਖਤਮ ਹੋ ਜਾਏਗਾ, ਛੁੱਟ ਜਾਏਗਾ। ਯੈਸ, ਹਾਂਜੀ, ਇਹ ਘਰ ਦਾ ਕੁਐਸਚਨ ਹੈਗਾ ਵੇ। ਘਰ ਦੀ ਲੜਾਈ ਵਿੱਚ ਦਾਦਾ ਦਾਦੀ ਪਾਪਾ ਮੰਮੀ ਦੀ ਲੜਾਈ ਹੁੰਦੀ ਹੈ ਅਤੇ ਪਾਪਾ ਮੰਮੀ ਬਹਿਸ ਕਰਦੇ ਨੇ ਪਰ ਕੋਈ ਸਲੂਸ਼ਨ ਨਹੀਂ ਨਿਕਲਦਾ, ਫਿਰ ਲੜਾਈ ਹੁੰਦੀ ਹੈ, ਫਿਰ ਬਹਿਸ ਹੁੰਦੀ ਹੈ, ਦੈਨ ਅਗੇਨ ਦੇਰ ਇਜ਼ ਨੋ ਸਲੂਸ਼ਨ। ਵਾਏ ਦੇਰ ਇਜ਼ ਨੋ ਸਲੂਸ਼ਨ, ਕਿਉਂ ਲੜਾਈਆਂ ਹੁੰਦੀਆਂ ਨੇ? ਸੋ ਸਿੰਪਲ, ਹੁਣ ਅਸੀਂ ਉਹਨਾਂ ਨੂੰ ਨਹੀਂ ਪੜ੍ਹਾ ਸਕਦੇ, ਕਿਉਂ ਨਹੀਂ ਲੱਭਿਆ ਜਾ ਸਕਦਾ, ਆਪਣੇ ਐਂਡ 'ਤੇ ਲੱਭਿਆ ਜਾ ਸਕਦਾ, ਮੈਂ ਐਸੇ ਨਹੀਂ ਕਰੂੰਗਾ, ਬਸ ਉਹਨਾਂ ਨੂੰ ਨਹੀਂ ਪੜ੍ਹਾ ਸਕਦੇ, ਉਹਨਾਂ ਨੂੰ ਨਹੀਂ ਚੇਂਜ ਕਰ ਸਕਦੇ, ਲੜਾ ਮਤ ਕਰੋ, ਬਹਿਸ ਮਤ ਕੀਆ ਕਰੋ, ਹੈ ਨਾ। ਪੜ੍ਹਾ ਸਕਦੇ ਹੋ ਤਾਂ ਪੜ੍ਹਾ ਲੈਣਾ, ਸਿਖਾ ਸਕਦੇ ਹੋ ਸਿਖਾ ਲੈਣਾ, ਪਰ ਉਹ ਨਹੀਂ ਮੰਨਣਗੇ, ਕਹਿਣਗੇ ਮੰਮੀ ਪਾਪਾ ਕੋਲ ਪੜ੍ਹਾਉਣੇ ਚੱਲੇ ਹੋ, ਹੈ ਨਾ। ਸੋ ਉਹਨਾਂ ਨੂੰ ਨਹੀਂ ਕਰਾ ਸਕਦੇ, ਤੁਸੀਂ ਸਿੱਖ ਜਾਓ ਬਸ। ਪਰ ਜੇ ਸ਼ਰਾਬ, ਡਰੱਗਸ ਔਰ ਬੁਆਏਫ੍ਰੈਂਡ ਗਰਲਫ੍ਰੈਂਡ ਦੇ ਨਸ਼ੇ ਵਿੱਚ ਫਸੇ ਰਹੇ ਨਾ, ਤਾਂ ਗੜਬੜ ਹੋ ਜਾਏਗੀ, ਤਾਂ ਤੁਹਾਡਾ ਵੀ ਫਿਊਚਰ ਉਹੀ ਬਣੇਗਾ, ਵੇਖ ਨਾ ਚੱਲੇ ਅੱਗੇ ਟੋਆ ਟੋਏ 'ਚ।